ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਕੈਨੇਡਾ ਤੋਂ ਇੱਕ ਬਹੁਤ ਹੀ ਵੱਡੀ ਮੈਂ ਕਹੂੰਗਾ ਬ੍ਰੇਕਿੰਗ ਖਬਰ ਹੈ ਔਰ ਸਾਰੇ ਸਟੂਡੈਂਟਸ ਬਹੁਤ ਧਿਆਨ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਨ ਔਰ ਆਪਣੇ ਰਿਸ਼ਤੇਦਾਰਾਂ ਨਾਲ ਤੇ ਦੋਸਤਾਂ ਦੇ ਨਾਲ ਵੀ ਇਹ ਖਬਰ ਤੁਸੀਂ ਜ਼ਰੂਰ ਸਾਂਝੀ ਕਰੋ ਆਮ ਤੌਰ ਤੇ ਮੈਂ ਕਦੀ ਨਹੀਂ ਕਹਿੰਦਾ ਹੁੰਦਾ ਕਿ ਵੀਡੀਓ ਸ਼ੇਅਰ ਕਰੋ ਪਰ ਕੁਝ ਵੀਡੀਓਜ਼ ਪਬਲਿਕ ਇੰਟਰਸਟ ਦੇ ਵਿੱਚ ਸ਼ੇਅਰ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਹ ਬਹੁਤ ਇੰਪੋਰਟੈਂਟ ਵੀਡੀਓ ਹੈ ਔਰ ਸਾਡੇ ਨਾਲ ਕੈਨੇਡਾ ਤੋਂ ਰੈਗੂਲੇਟਡ ਕੰਸਲਟੈਂਟ ਨੇ ਜਿਹੜੇ ਕਿ ਅ ਅਜਿੰਦਰਬੀਰ ਕੌਰ ਗਿਲ ਜੀ ਨੇ ਜਿਹੜੇ ਕਿ ਸੀਆਈਸੀਸੀ ਮੈਂਬਰ ਨੇ ਹੁਣ ਸੀਆਈਸੀਸੀ ਮੈਂਬਰ ਉੱਥੇ ਕਹਿੰਦੇ ਨੇ ਕੁਝ ਮਹੀਨੇ ਪਹਿਲਾਂ ਤੱਕ ਆਈਸੀਸੀ ਆਰਸੀ ਮੈਂਬਰ ਕਹੇ ਜਾਂਦੇ ਸੀ ਸੋ ਆਈਸੀਸੀ ਆਰਸੀ ਮੈਂਬਰ ਹੀ ਅਸਲ ਦੇ ਵਿੱਚ ਸੀਆਈਸੀਸੀ ਮੈਂਬਰ ਬਣ ਗਏ ਨੇ ਸੋ ਇੱਕ ਕਾਨੂੰਨੀ ਤੌਰ ਦੇ ਉੱਤੇ ਕੰਸਲਟੈਂਟ ਨੇ ਕੈਨੇਡਾ ਦੇ ਔਰ ਅਜਿੰਦਰਬੀਰ ਕੌਰ ਗਿਲ ਜੀ ਸਾਡੇ ਨਾਲ ਮੌਜੂਦ ਨੇ ਸਕਾਈਟਾ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਖਬਰ ਬਹੁਤ ਵੱਡੀ ਹੈ ਖਬਰ ਇਹ ਹੈ ਕਿ ਕੈਨੇਡਾ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਹੈਲਥ케ਅਰ ਵਰਕਰਸ ਦੀ ਕਾਫੀ ਜ਼ਿਆਦਾ ਸ਼ਾਰਟੇਜ ਹੈ ਸੋ ਕਿਹੜੀਆਂ-ਕਿਹੜੀਆਂ ਕੈਟਾਗਰੀਜ਼ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਕੋਲੇ ਉਹ ਕੁਆਲੀਫਿਕੇਸ਼ਨ ਹੈ ਜਿਹੜੀ ਕੀ ਰਿਕੁਆਇਰਮੈਂਟ ਪੂਰੀ ਕਰਦੀ ਹੈ ਇੱਕ ਐਸਆਈਐਨਪੀ ਪ੍ਰੋਗਰਾਮ ਹੈ ਸਸਕੈਚੂਨ ਦਾ ਸੋ ਮੈਂ ਮੁੱਦੇ ਤੇ ਹਾਂ ਕਿ ਸਸਕੈਚੂਨ ਇੱਕ ਪ੍ਰੋਵਿੰਸ ਹੈ ਕੈਨੇਡਾ ਦਾ ਜਿਹਦੇ ਵਿੱਚ ਹੈਲਥ케ਅਰ ਵਰਕਰਸ ਪੱਕੇ ਤੌਰ ਤੇ ਹੀ ਜਾ ਸਕਦੇ ਨੇ ਇੰਡੀਆ ਦੇ ਵਿੱਚ ਜਿੰਨੇ ਵੀ ਹੈਲਥ케ਅਰ ਵਰਕਰਸ ਨੇ ਉਹ ਐਲੀਜੀਬਲ ਨੇ ਉਹ ਅਪਲਾਈ ਕਰ ਸਕਦੇ ਨੇ ਅਜਿੰਦਰਬੀਰ ਕੌਰ ਜੀ ਨਾਲ ਸੰਪਰਕ ਕਰ ਸਕਦੇ ਨੇ ਅ ਅਜਿੰਦਰਬੀਰ ਕੌਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਅਜਿੰਦਰਬੀਰ ਕੌਰ ਜੀ ਪਹਿਲਾਂ ਤਾਂ ਇਹ ਦੱਸੋ ਸਕੈਚੂਅਨ ਚ ਹੈਲਥ케ਅਰ ਵਰਕਰ ਸਿੱਧੇ ਤੌਰ ਤੇ ਜਾ ਸਕਦੇ ਨੇ ਔਰ ਮੈਨੂੰ ਪਤਾ ਲੱਗਿਆ ਕਿ ਸੀਐਲਬੀ 4 ਕੈਟਾਗਰੀ ਹੈ ਭਾਵੇਂ ਕਿ ਜਿੰਨਾਂ ਦਾ ਆਰਟਸ ਦਾ ਸਕੋਰ ਬਹੁਤ ਘੱਟ ਹੈ 3.5 4 5 ਵੀ ਕਿਸੇ ਦਾ ਆਰਟਸ ਹੈ ਉਹ ਵੀ एलिजिਬਲ ਨੇ ਪਰ ਕੈਟਾਗਰੀ ਕਿਹੜੀ ਹੈ ਅਪਲਾਈ ਕੌਣ ਕਰ ਸਕਦਾ ਹੈ ਪੱਕੇ ਤੌਰ ਤੇ ਅਗਰ ਹੈਲਥ ਵਰਕਰ ਜਾਣਾ ਚਾਹਣ ਇਹ ਇਹ ਜਿਹੜੀ ਜਿਹੜੇ ਲੋਕ एलिजिਬਲ ਨੇ ਉਹਨਾਂ ਉਹਨਾਂ ਕੋਲੇ ਕਿਹੜੀ এডੂਕੇਸ਼ਨ ਹੋਣੀ ਚਾਹੀਦੀ ਹੈ ਇੰਡੀਆ 'ਚ ਜੀ ਬਿਲਕੁਲ ਇਹ ਖਬਰ ਬਹੁਤ ਵੱਡੀ ਆ ਬੜੀ ਵੱਡੀ ਖੁਸ਼ਖਬਰੀ ਆ ਇਥੋਂ ਦੇ ਹੈਲਥ ਕੇਅਰ ਵਰਕਰਸ ਵਾਸਤੇ ਕਿ ਕਿਸੇ ਸਕੈਚ ਵਨ ਨੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਵਿੱਚ ਜਿੰਨੇ ਵੀ ਹੈਲਥ ਕੇਅਰ ਵਰਕਰਸ ਨੇ ਇਥੋਂ ਦੇ ਉਹ ਕੈਨੇਡਾ ਬਹੁਤ इजीली ਜਾ ਸਕਦੇ ਨੇ ਇਦੇ ਵਿੱਚ 21 ਆਕੂਪੇਸ਼ਨਸ ਨੇ ਜਿਹੜੀਆਂ ਉਹਨਾਂ ਨੇ ਟਾਰਗੇਟ ਕੀਤੀਆਂ ਜਿਵੇਂ ਕਿ ਫਾਰਮਾਸਿਸਟ ਹੋਗੇ ਨਰਸਿਸ ਹੋਗੀਆਂ ਇਹਦੇ ਵਿੱਚ ਜੀਐਨਐਮ ਵਾਲੇ ਵੀ ਆਉਣਗੇ ਲੈਬਾਰਟਰੀ ਟੈਕਨੀਸ਼ੀਅਨਸ ਨੇ ਫਿਜ਼ੀਕਲ ਥੈਰੇਪਿਸਟ ਹੋਗੇ ਆਕੂਪੇਸ਼ਨਲ ਥੈਰੇਪਿਸਟ ਹੋਗੇ ਇਸ ਤਰ੍ਹਾਂ ਕਰਕੇ ਇਹਦੇ ਵਿੱਚ 21 ਨੌਕਸ ਨੇ ਉਹਦੇ ਵਿੱਚ ਅਲੱਗ-ਅਲੱਗ ਆਕੂਪੇਸ਼ਨਲ ਟਾਈਟਲਸ ਨੇ ਇਹਦੀ ਤੁਹਾਨੂੰ ਅਸੀਂ ਬਾਅਦ ਵਿੱਚ ਲਿਸਟ ਵੀ ਪ੍ਰੋਵਾਈਡ ਕਰਾਂਗੇ ਤੁਹਾਨੂੰ इजीली ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਇਹਦੇ ਅੰਦਰ ਫਾਲ ਕਰਦੇ ਹੋ ਜਾਂ ਨਹੀਂ ਇਹ ਪਾਇਲਟ ਪ੍ਰੋਗਰਾਮ ਬਹੁਤ ਹੀ ਸੌਖਾ ਆ ਤੁਹਾਡੇ ਵਾਸਤੇ ਇਹਦੇ ਥਰੂ ਜਾਣਾ ਇਹਦੇ ਚ ਦੇਖੋ ਜਿਹੜੀ ਲੈਂਗੁਏਜ ਰਿਕੁਆਇਰਮੈਂਟ ਆ ਉਹ ਵੀ ਬਹੁਤ ਘੱਟ ਰੱਖੀ ਗਈ ਆ ਸਿਰਫ ਸੀਐਲਬੀ 4 ਤੇ ਸੀਐਲਬੀ 4 ਨੂੰ ਸਾਡੇ ਇੰਡੀਅਨਸ ਲਈ ਮੀਟ ਕਰਨਾ ਕੋਈ ਔਖੀ ਗੱਲ ਨਹੀਂ ਈਵਨ ਕਿ ਹਰ ਇੱਕ ਮੈਨੂੰ ਲੱਗਦਾ ਹਰ ਇੱਕ ਇਨਸਾਨ ਇੱਥੇ ਇਨੀ ਕ ਐਜੂਕੇਸ਼ਨ ਲੈ ਕੇ ਤਾਂ ਹੁੰਦਾ ਹੀ ਆ ਕਿ ਉਸ ਨੂੰ ਸੀਐਲਬੀ 4 ਲੈਵਲ ਦੇ ਵਿੱਚ ਕੋਈ ਵੀ ਪ੍ਰੋਬਲਮ ਕ੍ਰੀਏਟ ਨਹੀਂ ਹੁੰਦੀ ਇਸ ਦੇ ਨਾਲ ਨਾਲ ਤੁਹਾਨੂੰ ਜਸਟ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਆ ਅਗਰ ਤੁਸੀਂ ਜਿਹੜੀ ਵੀ ਐਜੂਕੇਸ਼ਨ ਲਈ ਹੈ ਉਸ ਫੀਲਡ ਵਿੱਚ ਉਹਨਾਂ ਰਿਲੇਟਡ ਤੁਸੀਂ 1 ਸਾਲ ਦਾ ਅਗਰ ਤੁਹਾਡ ਕੋਲ ਵਰਕ ਐਕਸਪੀਰੀਅੰਸ ਹੈ ਤੇ ਉਹ ਤੁਹਾਡੇ ਲਈ ਕੈਨੇਡਾ ਜਾਣਾ ਕੋਈ ਵੀ ਔਖਾ ਨਹੀਂ ਅਜਿੰਦਰਪੀਰ ਕੌਰ ਜੀ ਮੈਂ ਇੱਕ ਵਾਰੀ ਮੈਂ ਤੁਸੀਂ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਸਾਂਝੀ ਕੀਤੀ ਹੈ ਹੁਣ ਮੈਂ ਇਹ ਚ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹੁੰਦਾ ਕਿ ਸਾਡੇ ਤੁਹਾਡੀ ਨਜ਼ਰ ਚ ਕਿੰਨੇ ਕੁ ਸਟੂਡੈਂਟਸ ਨੇ ਜਾਂ ਜਿਹੜੀ ਤੁਸੀਂ ਲਿਸਟ ਦੱਸੀ ਹੈ ਜਿਹੜੇ ਇਸ ਓਕੂਪੇਸ਼ਨ ਚ ਹੈਗੇ ਨੇ ਕਿੰਨੇ ਲੋਕ ਨੇ ਜਿਹੜੇ ਐਲੀਜੀਬਲ ਹੋ ਸਕਦੇ ਨੇ ਅਗਰ ਉਹ ਚਾਹਣ ਕਿ ਅਸੀਂ ਅਪਲਾਈ ਕਰੀਏ ਜੀ کافی ਭਾਰੀ ਮਾਤਰਾ ਵਿੱਚ ਲੋਕੇ एलिजिबल ਹੋ ਸਕਦੇ ਨੇ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਲੋਕਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਲੈਂਗੁਏਜ ਹੁੰਦੀ ਹੈ ਇੱਥੇ ਜੀ ਤੇ ਜਾਂ ਫਿਰ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਵਰਕ ਐਕਸਪੀਰੀਅੰਸ ਮੰਗਿਆ ਜਾਂਦਾ ਹੈ ਅਗਰ ਤੁਸੀਂ ਐਜ਼ ਅ ਵਰਕਰ ਇੱਥੋਂ ਕੈਨੇਡਾ ਜਾਣਾ ਚਾਹੁੰਦੇ ਹੋ ਇਹ ਇੱਕ ਅਜਿਹੀ ਸਟ੍ਰੀਮ ਕਹੋ ਤੁਸੀਂ ਨਵਾਂ ਪਾਇਲਟ ਪ੍ਰੋਗਰਾਮ ਆ ਕਿ ਜਿਹਦੇ ਅੰਦਰ ਹੈਲਥ ਵਰਕਰਸ ਵਾਸਤੇ ਇੱਕ ਨਵਾਂ ਰਸਤਾ ਖੋਲਿਆ ਗਿਆ ਹੈ ਕੈਨੇਡਾ ਜਾਣ ਵਾਸਤੇ ਰੀਜ਼ਨ ਕੀ ਹੈ ਰੀਜ਼ਨ ਇਸ ਟਾਈਮ ਤੇ ਪੈਂਡੇਮਿਕ ਸਿਚੁਏਸ਼ਨ ਕਰਕੇ ਕੈਨੇਡਾ ਦੇ ਵਿੱਚ ਜਿਹੜੇ ਹੈਲਥ ਵਰਕਰਸ ਨੇ ਉਹਨਾਂ ਦੀ ਕਾਫੀ ਸ਼ਾਰਟੇਜ ਹੈ ਤੇ ਉਸ ਸ਼ਾਰਟੇਜ ਨੂੰ ਪੂਰਾ ਕਰਨ ਵਾਸਤੇ ਉਸ ਕੈਨੇਡੀਅਨ ਗਵਰਨਮੈਂਟ ਨੇ ਸਪੈਸ਼ਲੀ ਸਸਕਾਚੂਅਨ ਨੇ ਬਹੁਤ ਹੀ ਇੱਕ ਇਜ਼ੀ ਇਜ਼ੀਲੀ ਉੱਥੇ ਪਹੁੰਚਣ ਵਾਸਤੇ ਪ੍ਰੋਗਰਾਮ ਜਿਹੜਾ ਲੋਕਾਂ ਨੂੰ ਦਿੱਤਾ ਆ ਤਾਂ ਕਿ ਉਹਨਾਂ ਨੂੰ ਵੀ ਪਹੁੰਚ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਜ਼ੀਲੀ ਉਹ ਪੁਆਇੰਟਸ ਉਹਨਾਂ ਦਾ ਜਿਹੜਾ ਐਲੀਜੀਬਿਲਟੀ ਕਰਾਈਟੇਰੀਆ ਹੈ ਉਸ ਨੂੰ ਮੀਟ ਕਰਨ ਜਿਹੜਾ ਪ੍ਰੋਗਰਾਮ ਆ ਉਹ ਇੰਟਰਨੈਸ਼ਨਲ ਹੈਲਥ케ਅਰ ਵਰਕਰਸ ਆ ইਓਆਈ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਦੇ ਵਿੱਚ ਤੁਸੀਂ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਇੱਕ ਪਹਿਲੇ ਕ੍ਰੀਏਟ ਕਰਨਾ ਹੈ ਉਸ ਤੋਂ ਬਾਅਦ ਪੂਲ ਵਿੱਚ ਸਬਮਿਟ ਕਰਉਣਾ ਹੈ ਜਿਹੜੀ ਸਸਕੈਚਵਨ ਦੀ ਗਵਰਨਮੈਂਟ ਹੈ ਉਹ ਤੁਹਾਡੀ ਹੈਲਪ ਕਰੂਗੀ ਜੌਬ ਆਫਰ ਲੈਣ ਦੇ ਵਿੱਚ ਕਿਉਂਕਿ ਇਹਦੇ ਵਿੱਚ ਕੋਈ ਵੀ ਥਰਡ ਪਾਰਟੀ ਇਨਵੋਲਵ ਨਹੀਂ ਹੈ ਇਹਦੇ ਵਿੱਚ ਡਾਇਰੈਕਟ ਤੁਹਾਡੀ ਗਵਰਨਮੈਂਟ ਹੈਲਪ ਕਰੇਗੀ ਤੁਹਾਨੂੰ ਜੋਬ ਆਫਰ ਤਵਾਏਗੀ ਤੇ ਉਥੋਂ ਦੇ ਜਿਹੜੇ ਹੈਲਥ케ਅਰ ਸੈਕਟਰਸ ਦੇ এমਪਲੋਇਰਸ ਨੇ ਚਾਹੇ ਉਹ ਕੋਈ ਕਲੀਨਿਕ ਨਾਲ ਰਿਲੇਟਿਡ ਆ ਕੋਈ ਹਸਪੀਟਲ ਹੈ ਚਾਹੇ ਉਹ ਕਿਸੇ ਹੋਰ ਸੈਕਟਰ ਨਾਲ ਰਿਲੇਟਿਡ ਨੇ ਹੈਲਥ ਨਾਲ ਰਿਲੇਟਿਡ ਤੇ ਤੁਹਾਡਾ ਡਾਇਰੈਕਟ ਲਿੰਕ ਹੋਏਗਾ ਤੁਹਾਨੂੰ ਜੋਬ ਆਫਰ ਮਿਲੇਗੀ ਤੇ ਉਸ ਤੋਂ ਬਾਅਦ ਐਸਾ ਹੀ ਐਨਪੀ ਪ੍ਰੋਗਰਾਮ ਦੇ ਅੰਦਰ ਤੁਹਾਡੇ ਪੁਆਇੰਟਸ ਨੇ ਕੁਝ 110 ਦੇ ਵਿੱਚੋਂ 60 ਪੁਆਇੰਟਸ ਮੀਟ ਕਰਨੇ ਹੁੰਦੇ ਆ ਜਿਹਦੇ ਅੰਦਰ ਇਹੀ ਸੀਐਲਵੀ 4 ਹੋ ਗਿਆ ਇੱਕ ਸਾਲ ਦਾ ਵਰਕ ਐਕਸਪੀਰੀਅੰਸ ਹੋ ਗਿਆ ਤੁਹਾਡੀ ਏਜ ਦੇ ਪੁਆਇੰਟਸ ਹੋ ਗਏ ਇਸ ਤਰ੍ਹਾਂ ਸਾਰੇ ਕਰਕੇ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਬਿਲਕੁਲ ਠੀਕ ਹੈ ਅੱਛਾ ਹੁਣ ਜਿਹੜੀ ਇਹਨਾਂ ਨੂੰ ਇਹ ਸਾਰੇ ਲੋਕ ਨੇ ਜਿਹੜੇ ਇਹਨਾਂ ਨੂੰ ਉੱਥੇ ਪਹਿਲਾਂ ਐਜੂਕੇਸ਼ਨ ਲੈਣੀ ਪੈਣੀ ਹੈ ਕਿਤੇ ਦਾਖਲਾ ਲੈਣਾ ਪੈਣਾ ਕਿਸੇ ਕੋਰਸ ਦੇ ਵਿੱਚ ਜੀ ਨਹੀਂ ਬਿਲਕੁਲ ਨਹੀਂ ਤੁਸੀਂ ਇੱਥੋਂ ਪੱਕੇ ਤੌਰ ਤੇ ਜਾ ਸਕਦੇ ਹੋ ਤੁਹਾਨੂੰ ਨਾ ਤਾਂ ਕਿਸੇ ਐਜੂਕੇਸ਼ਨ ਲੈਣ ਦੀ ਲੋੜ ਆ ਹਾਂ ਅਗਰ ਤੁਸੀਂ ਕੋਈ ਇਸ ਤਰ੍ਹਾਂ ਦੀ ਫੀਲਡ ਵਿੱਚ ਜਾ ਰਹੇ ਹੋ ਜਿਹਦੇ ਲਈ ਤੁਹਾਨੂੰ ਲਾਇਸੈਂਸਡ ਹੋਣਾ ਜ਼ਰੂਰੀ ਆ ਉਹਦੇ ਵਿੱਚ ਤੁਸੀਂ ਇਹ ਮੇਕ ਸ਼ੂਰ ਕਰਨਾ ਹੈ ਕਿ ਜਸਟ ਡਾਕਟਰਸ ਹੋਗੇ ਜਾਂ ਤੁਹਾਡ ਕੋਈ ਲਾਇਸੈਂਸ ਹੋਵੇ ਬਟ ਜਿਹੜਾ ਫਾਰਮਾਸਿਸਟ ਨੇ ਜਾਂ ਕਾਫੀ ਕਾ ਇਸ ਤਰ੍ਹਾਂ ਓਕਿਪੇਸ਼ਨਲ ਟਾਈਟਲਸ ਜਿਸ ਦੀ ਗੱਲ ਕਰਦੇ ਆ ਕਾਫੀ سارے ਟਾਈਟਲਸ ਇਸ ਤਰ੍ਹਾਂ ਨੇ ਜਿਨ੍ਹਾਂ ਦੇ ਲਈ ਤੁਹਾਨੂੰ ਲਾਇਸੈਂਸ ਹੋਣ ਦੀ ਕੋਈ ਵੀ ਲੋੜ ਨਹੀਂ ਆ। ਜਸਟ ਆਪਣੀ ਲੈਂਗੁਏਜ ਰਿਕੁਆਇਰਮੈਂਟ ਨੂੰ ਮੀਟ ਕਰੋ, ਆਪਣਾ ਵਰਕ ਐਕਸਪੀਰੀਅੰਸ ਸ਼ੋ ਕਰੋ। ਤੇ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਹੈ ਤੁਹਾਡੀ ਐਜੂਕੇਸ਼ਨ ਨਾਲ ਰਿਲੇਟਡ ਹੋਣਾ ਚਾਹੀਦਾ ਆ। ਅੱਛਾ ਇਹਦੀ ਫਾਈਲ ਵੀ ਤੁਸੀਂ ਪ੍ਰੋਸੈਸ ਕਰਦੇ ਹੋ। ਸਾਰੀ ਫਾਈਲ ਤੁਸੀਂ ਸਟੂਡੈਂਟਸ ਨੂੰ ਦੱਸਦੇ ਹੋ ਜਾਂ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਦੱਸ ਦਿਓ ਕਿ ਕਿਵੇਂ ਇਹਦੀ ਫਾਈਲ ਲੋਜ ਹੋਣੀ ਆ। ਜੀ ਬਿਲਕੁਲ ਇਹਦੇ ਵਿੱਚ ਅਸੀਂ ਜਦੋਂ ਵੀ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਅਸੀਂ ਉਹਨਾਂ ਨੂੰ ਪ੍ਰੋਪਰਲੀ ਗਾਈਡ ਕਰਦੇ ਆ ਉਹਨਾਂ ਨੂੰ ਉਹਨਾਂ ਲਈ ਕੀ ਸਹੀ ਆ ਉਹਨਾਂ ਨੂੰ ਆਪਸ਼ਨਸ ਪ੍ਰੋਵਾਈਡ ਕਰਦੇ ਆ ਉਹਨਾਂ ਦੀ ਫਾਈਲ ਅਸੈਸ ਕਰਨ ਤੋਂ ਬਾਅਦ ਵਿੱਚ ਉਹਨਾਂ ਦੀ ਆਨਲਾਈਨ ਐਪਲੀਕੇਸ਼ਨ ਲੱਗਦੀ ਹੈ ਇਸ ਦੀ ਤੋਂ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਫਾਈਲ ਅਪਲਾਈ ਕਰਦੇ ਆ ਤੇ ਉਹਨਾਂ ਨੂੰ ਨਾਲ ਨਾਲ ਦਾ ਕ੍ਰਾਈਟੇਰੀਆ ਮੀਟ ਕਰਕੇ ਐਸਆਈਐਨਪੀ ਦੇ ਅੰਦਰ ਪੀਐਚਕੇ ਤੇ ਉਹਨਾਂ ਨੂੰ ਉੱਥੇ ਪੱਕੇ ਤੌਰ ਤੇ ਭੇਜ ਦਿੰਦੇ ਆ ਪੱਕੇ ਤੌਰ ਤੇ ਉੱਤੇ ਤੁਸੀਂ ਉਹਨਾਂ ਨੂੰ ਭੇਜ ਦਿੰਦੇ ਆ ਅੱਛਾ ਜੀ ਤੇ ਮੈਂ ਇਹ ਵੀ ਸੁਣਿਆ ਸੀ ਕਿ ਜਿਹੜੇ ਸਾਡੇ ਸਟੂਡੈਂਟਸ ਭਾਵੇਂ ਸਾਡੀਆਂ ਬੱਚੀਆਂ ਨੇ ਭਾਵੇਂ ਬॉयਜ਼ ਨੇ ਜੀਐਨਐਮ ਜਿਹਨਾਂ ਨੇ ਕੀਤੀ ਹੈ ਹਾਂਜੀ ਉਹਨਾਂ ਦੇ ਲਈ ਵੀ ਐਲੀਜੀਬਿਲਟੀ ਹੈਗੀ ਹੈ ਜੀ ਜੀ ਬਿਲਕੁਲ ਇਹ ਖਾਸ ਤੌਰ ਤੇ ਕਿਉਂਕਿ ਜਿਹੜਾ ਹੈਲਥ케ਅਰ ਵਰਕਰ ਸੀਗੇ ਸਪੈਸ਼ਲੀ ਜਿਹੜੇ ਜੀਐਨਐਮ ਵਾਲੇ ਸੀਗੇ ਉਹ ਕੈਟਾਗਰੀ ਕਾਫੀ ਪਿੱਛੇ ਰਹਿ ਗਈ ਸੀਗੀ ਉਹਨਾਂ ਨੂੰ ਉਹਨਾਂ ਦੇ ਜਾਣ ਵਾਸਤੇ ਕੈਨੇਡਾ ਦੇ ਵਿੱਚ ਰਸਤੇ ਇੰਨੇ ਜ਼ਿਆਦਾ ਖੁੱਲੇ ਨਹੀਂ ਸੀ ਬਟ ਲੇਬਰ ਸ਼ਾਰਟੇਜ ਹੋਣ ਕਰਕੇ ਇਸ ਟਾਈਮ ਤੇ ਪੰਡੈਮਿਕ ਸਿਚੁਏਸ਼ਨ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਜੀਐਨਐਮ ਵਾਲੇ ਵੀ ਨੇ ਉਹ ਵੀ इजीली ਜਾ ਸਕਦੇ ਨੇ ਜੀਐਨਐਮ ਵਾਲੇ ਵੀ इजीली ਜਾ ਸਕਦੇ ਨੇ ਉਹਨਾਂ ਦੇ ਲਈ ਐਲੀਜੀਬਿਲਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੀ ਉਹਨਾਂ ਨਾਲ ਉਹਨਾਂ ਦੀ ਐਲੀਜੀਬਿਲਟੀ ਵੀ ਸੇਮ ਆ ਉਹਨਾਂ ਲਈ ਵੀ ਜਸ ਯਲਬੀ 4 ਲੈਂਗੁਏਜ ਰਿਕੁਆਇਰਮੈਂਟ ਆ ਉਸ ਤੋਂ ਬਾਅਦ ਐਜੂਕੇਸ਼ਨ ਦਾ ਤੁਸੀਂ ਜਿਹੜੀ ਲਈ ਆ ਤੁਸੀਂ ਇੱਕ ਸਾਲ ਦਾ ਆਪਣਾ ਵਰਕ ਐਕਸਪੀਰੀਅੰਸ ਸ਼ੋ ਕਰਨਾ ਹੈ ਤੇ ਤੁਹਾਡੇ ਜਾਣ ਲਈ ਸਾਰੇ ਰਸਤੇ ਖੁੱਲੇ ਨੇ ਜਾਣਾ ਬਹੁਤ ਈਜ਼ੀ ਹੈ ਤੁਹਾਨੂੰ ਸੇਮ ਪ੍ਰੋਸੀਜਰ ਹੈ ਸੇਮ ਕ੍ਰਾਈਟੇਰੀਆ ਫਾਲੋ ਕਰਨਾ ਚਾਹੀਏ ਤੁਸੀਂ ਫਾਰਮਾਸਿਸਟ ਹੋ ਚਾਹੇ ਤੁਸੀਂ ਜੀਐਨਐਮ ਦਾ ਕੋਰਸ ਕੀਤਾ ਹੈ ਤੇ ਚਾਹੇ ਤੁਸੀਂ ਪ੍ਰੈਕਟੀਕਲ ਨਰਸ ਹੋ ਆਲਪੀਐਨ ਹੋ ਕੁਝ ਵੀ ਹੋ ਪ੍ਰੋਸੀਜਰ ਸੇਮ ਹੈ ਔਰ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਸਾਰੇ ਐਪਲੀਕੈਂਟਸ ਨੇ ਸਿਰਫ ਜਿਹੜੇ ਲਾਇਸੈਂਸ ਨੇ ਕੈਨੇਡਾ ਤੋਂ ਜਿਵੇਂ ਕਿ ਸਕਾਈਟਾ ਇਮੀਗ੍ਰੇਸ਼ਨ ਨੇ ਜਿਵੇਂ ਅਜਿੰਦਰਬੀਰ ਕੌਰ ਗਿਲ ਜੀ ਨੇ ਜਿਹੜੇ ਕਿ ਕੈਨੇਡਾ ਤੋਂ ਲਾਇਸੈਂਸ ਨੇ ਉਹਨਾਂ ਕੰਸਲਟੈਂਟਸ ਦੇ ਜ਼ਰੀਏ ਹੀ ਤੁਸੀਂ ਇਹਨਾਂ ਕੋਰਸਸ ਦੇ ਵਿੱਚ ਐਪਲੀਕੈਂਟ ਬਣਨ ਦੇ ਲਈ ਐਲੀਜੀਬਲ ਹੋ ਮੈਂ ਠੀਕ ਕਹਿ ਰਿਹਾ ਅਜਿੰਦਰ ਸਿੰਘ ਕੌਰ ਜੀ ਬਿਲਕੁਲ ਕਿਉਂਕਿ ਇਸ ਟਾਈਮ ਤੇ ਫਰਾਡ ਹੋਣ ਦੇ ਚਾਂਸਸ ਵੀ ਬਹੁਤ ਜ਼ਿਆਦਾ ਨਹੀਂ ਕਿਉਂਕਿ ਇਹ ਜਿਹੜੀ ਸਟਰੀਮ ਹੈ ਜਿਹੜਾ ਪਾਇਲਟ ਪ੍ਰੋਗਰਾਮ ਹੈ ਨਿਊ ਹੈ ਤੇ ਬਿਲਕੁਕੁਲ ਰੀਸੈਂਟਲੀ ਇੰਟਰੋਡਿਊਸ ਕੀਤਾ ਗਿਆ ਹੈ ਬਿਲਕੁਲ ਠੀਕ ਹੈ ਸੋ ਬਿਲਕੁਲ ਜਿਹੜੇ ਏਜੰਟਸ ਅਨ ਅਥੋਰਾਈਜ਼ ਨੇ ਉਹਨਾਂ ਨੇ ਇਹ ਚੀਜ਼ ਨੂੰ ਟਾਰਗੇਟ ਕਰਨਾ ਹੈ ਕਿ ਕੋਸ਼ਿਸ਼ ਕਰੋ ਕਿ ਵਾਰ ਤੋਂ ਵਾਰ ਲੋਕਾਂ ਨੂੰ ਬੁੱਧੂ ਬਣਾਇਆ ਜਾਵੇ ਫਰਾਡ ਹੋਏਗਾ ਲੋਕਾਂ ਦੇ ਨਾਲ ਸੋ ਹਮੇਸ਼ਾ ਇਸ ਚੀਜ਼ ਨੂੰ ਧਿਆਨ ਰੱਖੋ ਕਿ ਤੁਹਾਡੀ ਜਿਹੜੀ ਫਾਈਲ ਉਹ ਸੇਫ ਹੈਂਡਸ ਦੇ ਵਿੱਚ ਜਾਵੇ ਤੇ ਇਸ ਚੀਜ਼ ਨੂੰ ਦੇਖੋ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ ਲਾਇਸੈਂਸਡ ਹੈ ਕਿ ਨਹੀਂ ਬਿਲਕੁਲ ਬਿਲਕੁਲ ਸੋ ਕਾਨੂੰਨੀ ਤੌਰ ਤੇ ਜਿਹੜੀ ਹੈ ਮਾਨਤਾ ਹੋਣੀ ਬਹੁਤ ਜ਼ਰੂਰੀ ਹੈ ਤੁਹਾਡੇ ਕੰਸਲਟੈਂਟਸ ਕੋਲੇ ਸੋ ਇਸ ਕਰਕੇ ਅਜਿੰਦਰਬੀਰ ਕੌਰ ਗੇਲ ਜੀ ਕਿਉਂਕਿ ਖੁਦ ਮੈਂਬਰ ਨੇ ਸੀਆਈ ਸੀਸੀ ਔਰ ਇਸ ਤੋਂ ਪਹਿਲਾਂ ਆਈਸੀਸੀਆਰਸੀ ਕਿਹਾ ਜਾਂਦਾ ਸੀ ਕੈਨੇਡਾ ਕੈਨੇਡੀਅਨ ਗਵਰਨਮੈਂਟ ਤੋਂ ਲਾਇਸੈਂਸ ਨਹੀਂ ਔਰ ਇਸ ਕਰਕੇ ਇਨਾਂ ਦੇ ਜ਼ਰੀਏ ਤੁਸੀਂ ਸਲਾਹ مشورہ ਕਰਕੇ ਆਪਣੀ ਫਾਈਲ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਸਮਝ ਸਕਦੇ ਹੋ ਸਕਰੀਨ ਤੇ ਅਜਿੰਦਰ ਵੀਰ ਕੌਰ ਗਿੱਲ ਹੋਣਾ ਦਾ ਇਹਨਾਂ ਦੀ ਕੰਪਨੀ ਦਾ ਲਾਇਸੈਂਸ ਨੰਬਰ ਵੀ ਹੈ ਸੋ ਹਮੇਸ਼ਾ ਜਿਹੜੇ ਰੈਗੂਲੇਟਡ ਕੰਸਲਟੈਂਟ ਨੇ ਉਹਨਾਂ ਦੇ ਜ਼ਰੀਏ ਹੀ ਇਹਨੇ ਇੰਪੋਰਟੈਂਟ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਿਆ ਕਰੋ ਬਹੁਤ ਸੋਚ ਸਮਝ ਕੇ ਫੈਸਲਾ ਕਰੋ ਸਕਰੀਨ ਤੇ ਨੰਬਰ ਹੈ ਟੈਲੀਫੋਨ ਤੇ ਗੱਲ ਕਰੋ ਅਜੰਦਰਬੀਰ ਕੌਰ ਜੀ ਅਗਰ ਕੋਈ ਐਪਲੀਕੈਂਟ ਸਮਝਣਾ ਚਾਵੇ ਤੁਹਾਡੇ ਤੋਂ ਤੇ ਤੁਹਾਨੂੰ ਟੈਲੀਫੋਨ ਕਰ ਸਕਦੇ ਨੇ ਤੁਸੀਂ ਖੁਦ ਉਹਨਾਂ ਦੇ ਨਾਲ ਐਪਲੀਕੈਂਟਸ ਨਾਲ ਗੱਲ ਕਰਕੇ ਉਹਨਾਂ ਨੂੰ ਮਿਲਣ ਦੇ ਲਈ ਬੁਲਾ ਸਕਦੇ ਹੋ ਸਮਾਂ ਦੇ ਸਕਦੇ ਹੋ ਜੀ ਬਿਲਕੁਲ ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਦਿੱਤੇ ਹੋਏ ਨੰਬਰ ਤੇ ਅਪਾਇੰਟਮੈਂਟ ਬੁੱਕ ਕਰੋ ਤੇ ਮੈਨੂੰ ਡਾਇਰੈਕਟ ਕਾਲ ਕਰੋ ਮੈਂ ਅਗਰ ਤੁਸੀਂ ਆਨਲਾਈਨ ਕੰਸਲਟੇਸ਼ਨ ਵੀ ਲੈਣਾ ਚਾਹੁੰਦੇ ਹੋ ਤੁਹਾਨੂੰ ਰਾਈਟ ਵੇ ਦਿੱਤੇ ਜਾਏਗੀ ਤੇ ਅਗਰ ਤੁਸੀਂ ਪਰਸਨਲੀ ਮੈਨੂੰ ਮੀਟ ਕਰਨਾ ਚਾਹੁੰਦੇ ਹੋ ਅਬੋਹਰ ਜਲੰਧਰ ਤੇ ਗੁਰਦਾਸਪੁਰ ਤੁਸੀਂ ਮੈਨੂੰ ਅਪਾਇੰਟਮੈਂਟ ਬੁੱਕ ਕਰਕੇ ਮਿਲ ਸਕਦੇ ਹੋ ਕਿਉਂਕਿ ਅਵੇਲੇਬਿਲਟੀ ਜਿਹੜੀ ਉਹ ਰੈਂਡਮਲੀ ਹੁੰਦੀ ਹੈ ਸੋ ਮੀਟਿੰਗ ਦੇ ਅਕੋਰਡਿੰਗ ਹੀ ਅਸੀਂ ਟਾਈਮ ਫਿਕਸ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਥੈਂਕ ਯੂ ਸੋ ਮਚ ਜ ਇਹ ਪ੍ਰੋਗਰਾਮ ਹੈ ਥੋੜੀ ਦੇਰ ਪਹਿਲਾਂ ਹੀ ਕੈਨੇਡਾ ਦੇ ਵਿੱਚ ਇੰਟਰੋਡਿਊਸ ਹੋਇਆ ਸੋ ਸਾਡੇ ਸਟੂਡੈਂਟਸ ਬਹੁਤ ਸਾਵਧਾਨੀ ਪੂਰਵਕ ਕਿਸੇ ਵੀ ਅਜਿਹੇ ਏਜੰਟ ਦੇ ਚੱਕੇ ਨਾ ਚੜ ਜਾਈਓ ਜਿਹੜਾ ਤੁਹਾਡਾ ਨੁਕਸਾਨ ਕਰੇ ਸੋ ਲੀਗਲ ਫਾਰਮੈਟ ਚ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤੁਸੀਂ ਆਪਣੀ ਐਪਲੀਕੇਸ਼ਨਸ ਨੂੰ ਅੱਗੇ ਵਧਾਉਣਾ ਥੈਂਕ ਯੂ ਸੋ ਮੱਚ ਅਜੰਦਰਪੀਰ ਕੌਰ ਜੀ ਥੈਂਕ ਯੂ ਸੋ ਮੱਚ